ਖੂਬੀਆਂ ਹੀ ਖੂਬੀਆਂ ਨੇ। ਅੱਲਾ ਪਾਕ ਨੇ ਐਡੀ ਸੋਹਣੀ ਜਾਣੀ ਦਿੱਤੀ ਹੈ ਤਾਂ ਆਪਣਾ ਮੁਕਦ ਰੱਬ ਇਸ ਵੱਡੀ ਖੂਬੀ ਕਿਹੜੀ ਹੈ। ਅਸੀਂ ਪਾਕਿਸਤਾਨ ਦੇ ਹਾਂ, ਮੈਨੂੰ ਨਹੀਂ ਅੱਛਾ ਲੱਗਦਾ ਔਰਤ ਮੇਰੀ ਜਾਏ ਬਾਹਰ ਜਾ ਕੇ ਕੰਮ ਕਰੇ। ਮਰਦ ਅਸੀਂ ਕਾਹਦੇ ਵਾਸਤੇ ਹਾਂ? ਮੈਂ ਜਾਂਦਾ ਬੱਚਿਆਂ ਦਾ ਦੇਖਭਾਲ ਕਰੇ ਅਤੇ ਮੈਂ ਕੰਮ ਕਰਕੇ ਕਰ ਲੈਂਦਾ। ਪਾਕਿਸਤਾਨ ਹੋਵੇ ਤਾਂ ਬੰਦਾ ਭਾਈ ਜੀ ਪਾਕਿਸਤਾਨ ਜਨਾਨੀ ਨੂੰ ਤਲਾਕ ਤੂ ਲੈਂਦਾ, ਇੱਥੇ ਤਰਾਨ ਵੀ ਨਹੀਂ ਹੁੰਦਾ ਯਾਰ, ਤਰਾਨ ਦੀ ਲੋੜ ਕੀ ਇੱਥੇ ਭਾਈ ਲਈ। ਬੜੀਆਂ ਵੱਡੀਆਂ ਵੱਡੀਆਂ ਛੱਡਦਾ, ਕਿਹੜੀਆਂ ਕਿਹੜੀਆਂ ਛੱਡੀਆਂ ਹਜੇ ਵੀ ਦੱਸੋ? ਨਹੀਂ ਛੱਡੀਆਂ ਤਾਂ ਮੈਂ ਵੀ ਬੜੀਆਂ ਹੀ ਸਨ, ਇੱਕ ਚੀਜ਼ ਨੂੰ ਲੈਣ ਵਾਸਤੇ ਫਿਰ ਛੱਡਣਾ ਪੈਂਦਾ ਕੋਈ ਬਾਈ ਕੋਈ ਤਾਰੇ ਤੋੜ ਕੇ ਲਿਆ। ਮੈਂ ਤੈਨੂੰ ਕਹੀ ਬਾਈ ਮੈਂ ਤੇਰੇ ਵਾਸਤੇ ਤਾਰੇ ਤੋੜ ਕੇ ਲੈ ਆਵਾਂ, ਮੈਂ ਇੰਜ ਕਰ ਦਿਆਂਗਾ, ਮੈਂ ਫਲਾਣ ਕਰ ਦਿਆਂਗਾ, ਠੀਕ ਕਰ ਦਿਆਂਗਾ। ਜਦੋਂ ਭਰਾਵਾ ਲੈ ਲਈ ਸੀ ਕੋਲ ਆ ਗਏ ਸਨ, ਫਿਰ ਉਦੋਂ ਤਾਰਾ ਹੀ ਕੋਲ ਹੀ ਆ, ਤਾਰਾ ਕੋਲ ਲਿਆਂਦਾ, ਮੈਨੂੰ ਕਹਿੰਦੇ ਤਾਰੇ ਵੀ ਲਿਆਂਦੇ ਨੇ, ਮੈਂ ਕਿਹਾ ਕੋਲ ਹੀ ਆ ਗਏ ਤਾਰੇ ਸਾਰੇ। ਅਸਲਾਮ ਵਾਲੇਕੁਮ, ਮੇਰਾ ਨਾਮ ਅਲੀ ਸ਼ੇਰ ਔਰ ਆਪ ਦੇਖ ਰਹੇ ਹੈਂ ਪੰਜਾਬ ਯੂਰੋ ਟੀ ਵੀ। ਇੱਕ ਔਰ ਖੂਬਸੂਰਤ ਇੰਟਰਵਿਊ ਲੈ ਕੇ ਆਪਕੀ ਖਿਦਮਤ ਮੈਂ ਹਾਜ਼ਰ ਹੋਏ ਹਾਂ। ਗ੍ਰੀਸ ਮੈਂ ਮੌਜੂਦ ਹਾਂ, ਏਥਨ ਸ਼ਹਿਰ ਮੈਂ, ਜੋ ਕਿ ਕੈਪੀਟਲ ਹੈ ਜਿਸੇ ਯੂਨਾਨ ਵੀ ਕਿਹਾ ਜਾਤਾ ਹੈ। ਇਸਸੇ ਪਹਿਲੇ ਵੀ ਮੈਨੇ ਕਾਫੀ ਇੰਟਰਵਿਊਜ਼ ਕੀਏ ਹੈਂ ਫੈਮਿਲੀਜ਼ ਕੇ। ਇਨ ਤਮਾਮ ਇੰਟਰਵਿਊਜ਼ ਕਾ ਇੱਕ ਪਰਪਜ਼ ਹੈ, ਵੋ ਵੀ ਮੈਂ ਆਜ ਆਪਕੋ ਬਤਾ ਦੇਤਾ ਹੂੰ। ਇੱਕ ਪਰਸੈਪਸ਼ਨ ਜਿਸਕੋ ਮੈਂ ਖਤਮ ਕਰਨੇ ਕੀ ਕੋਸ਼ਿਸ਼ ਕਰ ਰਹਾ ਹੂੰ ਕਿ ਜੋ ਏਸ਼ੀਅਨਸ ਹੈ ਜਾਂ ਜੋ ਹਮਾਰੀ ਦੇਸੀ ਲੋਕ ਹੈ ਵੋ ਔਰਤੋਂ ਕੀ ਰਿਸਪੈਕਟ ਜੋ ਹੈ ਵੋ ਨਹੀਂ ਕਰਤੇ। ਤੋ ਮੈਂ ਇਨ ਤਮਾਮ ਇੰਟਰਵਿਊਜ਼ ਕਾ ਯੇ ਮਕਸਦ ਹੈ ਕਿ ਜੋ ਲੋਕ ਇਨਕੇ ਸਾਥ ਸਰਵਾਈਵ ਕਰ ਰਹੇ ਹੈ ਉਨਕਾ ਐਕਸਪੀਰੀਅੰਸ ਕੈਸਾ, ਵੋ ਕਿਆ ਸਮਝਤੇ ਹੈ ਕਿ ਕਿਆ ਯੇ ਅੱਛੇ ਹਸਬੈਂਡ ਹੈ, ਅੱਛੇ ਬਾਪ ਹੈ, ਅੱਛੇ ਭਾਈ ਹੈ। ਤੋ ਯਕੀਨਨ ਆਜ ਕਾ ਇੰਟਰਵਿਊ ਵੀ ਇਸੀ ਕੀ ਇੱਕ ਕੜੀ ਹੋਗਾ। ਹਮ ਆਪਣੇ ਇੰਟਰਵਿਊ ਕੀ ਤਰਫ ਬੜਤੇ ਹੈ ਔਰ ਇੰਟਰੋਡਿਊਸ ਕਰਵਾਤੇ ਹੈ ਕਿ ਯੇ ਲੋਕ ਕਿਤਨੀ ਦੇਰ ਸੇ ਇਕੱਠੇ ਰਹਿ ਰਹੇ ਹੈ। ਸਰ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਲਿਸਪੈਰਾ ਕਲਿਸਮੇ ਪਾਰਾ ਪੋਲੀਆ ਕ੍ਰੋਨੋਸਸ ਪੋਸੇਲੇਨੇ ਦਿਓਨਿਸਿਆ ਕਿਆ ਪਪੂਈ ਸੇ ਐਨੀ ਵਪੋ ਆਪੋ ਦੋ। ਅਰ ਸਰ ਤੁਹਾਡਾ ਇਲਾਕਾ ਕਿਹੜਾ? ਮੇਰਾ ਇਲਾਕਾ ਗੁਜਰਾਤ ਸ਼ਹਿਰ। ਗੁਜਰਾਤ ਸ਼ਹਿਰ ਔਰ ਕਿੰਨੀ ਦੇਰ ਹੋ ਗਈ ਇੱਥੇ ਰਹਿੰਦੇ ਆ? ਮੈਨੂੰ ਹੋ ਗਏ ਨੇ 17 ਸਾਲ। ਅੱਛਾ ਸਰ, ਬੇਸਿਕ ਕੁਐਸਚਨ ਜਿਹੜਾ ਹੈ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਕੱਠਿਆਂ ਰਹਿੰਦੇ ਆ? ਸਾਨੂੰ ਹੋ ਗਏ ਨੇ 4.5 ਸਾਲ ਹੋ ਗਏ ਨੇ, 4.5 ਸਾਲ ਹੋ ਗਏ। 4.5 ਜਾਂ 5? 4.5-5 ਸਾਲ ਇੰਨੇ ਹੋ ਗਏ। ਅੱਛਾ, ਬੱਚੇ ਵੀ ਹੈ? ਹਾਂ, ਦੋ ਬੱਚੇ। ਅੱਛਾ ਸਰ, ਬੱਚਿਆਂ ਦਾ ਨਾਂ ਕੀ ਹੈ? ਮੇਰੇ ਲੜਕੇ ਦਾ ਨਾਮ ਹੈ ਮਜੀਦ, ਉਹ ਮੈਂ ਆਪਣੇ ਵਾਲਦ ਸਾਹਿਬ ਦਾ ਨਾਂ ਰੱਖਿਆ ਤੇ ਮੇਰੀ ਵਾਲਦਾ ਫੋਤ ਹੋ ਗਏ ਨੇ ਤੇ ਉਹਨਾਂ ਦਾ ਨਾਂ ਸੀ ਜ਼ਰਕਾ ਤੇ ਬੇਟੀ ਦਾ ਨਾਮ ਹੈ ਜ਼ਰਕਾ ਰੱਖਿਆ। ਔਰ ਦੋ ਬੱਚੇ ਨੇ ਮਾਸ਼ਾਅੱਲਾ। ਜੀ ਆ। ਕਿਵੇਂ ਮੁਲਾਕਾਤ ਹੋਈ ਔਰ ਪਹਿਲ ਕਿਨੇ ਕੀਤੀ? ਪਹਿਲ ਮੈਂ ਹੀ ਕੀਤੀ ਸੀ, ਜਿਹੜੇ ਅਸੀਂ ਮਰਦ ਲੋਕ ਕਰਨੇ ਆ, ਪਹਿਲ ਮੈਂ ਹੀ ਕੀਤੀ ਸੀ ਤੇ ਮੈਂ ਇਹਨਾਂ ਨੂੰ ਆਪਣਾ ਨੰਬਰ ਦਿੱਤਾ। ਮੈਂ ਕਿਹਾ ਇਸ ਤਰ੍ਹਾਂ ਗੱਲ, ਮੈਂ ਤੁਹਾਨੂੰ ਪਸੰਦ ਕਰਨਾ ਬਈ, ਮੈਂ ਤੁਹਾਨੂੰ ਚਾਹੁੰਦਾ ਵਾਂ। ਸਰ ਪਹਿਲੇ ਦਿਨ ਹੀ ਨੰਬਰ ਦੇ ਛੱਡਿਆ ਸੀ? ਜੀ ਆ ਭਾਈ ਜੀ, ਪਹਿਲੇ ਦਿਨ ਨੰਬਰ ਦੇ ਦਿੱਤਾ ਸੀ ਕਿਉਂ ਮੈਂ ਲੈ ਕੇ ਕੰਮ ਕਰਨਾ, ਮੈਂ ਆਪਣਾ ਨੰਬਰ ਦੇ ਦਿੱਤਾ, ਫੋਨ ਕਰਨਾ। ਔਰ ਯਾ ਪੀ ਸੀ ਸੀ ਪੋਸ ਗਨੋ ਰਿਸਤਿਕਾ ਤੇ ਅਕਰੀਵੋ ਸੀ ਆਤੀ ਯਾਂ ਤੇ ਪੋਸ ਮਸ ਬਰਦਵੀ ਲੇ ਗੋ ਸਤਿ ਲਾਈ ਕੀ ਪੈਰਨਾ ਸੋਨੀ ਜ਼ਮਾਨਾ ਵੇਕੀ ਮੈਂ ਤੇ ਬੇਤਰਾ ਤੋ ਦਰਫੋ ਮੂ ਕੇ ਇਰਤੇ ਕੋਡਾ ਮੂ ਕੇ ਮੂ ਲੇ ਪਾਰੋ ਟੈਲੇਫੋਨੋ ਮੂ ਕੇ ਪਾਰੇ ਮੂ ਟੈਲੇਫੋਨੋ και εγώ να σου πω την αλήθεια το πέταξα και τον μετά από λίγο καιρό μου ξαναείδε σε μια πλατεία. Okay. Και μετά αφού με είδε εκεί πέρα, μου μίλαγε συνέχεια, μου ξανά δώσε το τηλέφωνό του, μου δώσε το messenger του και έτσι μιλάγαμε. Έτσι, σαρ, σάδι κατ' οκητή του σαν μπακαϊδά, νεκάβη κοίτα. Με 2019 με σάδι κοίτη. 19 με σάδι κοίτη. Okay. Αρ, είναι δε βάλδεν μάνγκα σαν ίζιλι? Ναι, είναι δε βάλδεν, είναι ίζιλι μάνε. Δε φέρνα δε με κάρ, γιάσαν. ਇਹਨਾਂ ਮੇਰੇ ਪਹਿਲੇ ਸਾਡੀ ਅਸੀਂ ਆਮ ਬੈਂਕ ਖਲੋਣਤੀ ਹੈ ਵੀ, ਫਿਰ ਇਹਨੇ ਮੈਨੂੰ ਕਿਹਾ ਮੇਰੇ ਘਰ ਵਾਲਿਆਂ ਕੋਲ ਆਓ ਅਤੇ ਉਹਨਾਂ ਕੋਲ ਜਾ ਕੇ ਫਿਰ ਮੈਂ ਇਹਨਾਂ ਦੇ ਘਰ ਗਿਆ, ਫੁੱਲ ਛੁੱਲ ਲੈ ਕੇ, ਗਿਫਟ ਲੈ ਕੇ ਗਿਆ ਕੋਈ, ਬਾਈ ਮੈਂ ਇਹਨੂੰ ਪਿਆਰ ਕਰਨਾ ਵਾ, ਮੈਂ ਆਪਣੀ ਜ਼ਿੰਦਗੀ ਗੁਜ਼ਾਰਨਾ ਜਦੋਂ ਨਾਲ ਦੇ ਦਿੰਦੇ। ਉਹਨਾਂ ਨੇ ਨਹੀਂ ਪਹਿਲੇ ਮੰਨਿਆ, ਫਿਰ ਘਰਦਿਆਂ ਨੇ ਫਿਰ ਆਮ ਸੋਚ ਸਮਝ ਕੇ ਫਿਰ ਉਹਨਾਂ ਨੂੰ ਆਖਿਆ ਸਹੀ ਹੈ, ਲਿਆਦਾ ਤੁਸੀਂ ਮੇਰੀ ਹਾਜ਼ਰ ਬਾਅਦ ਮੰਨ ਗਿਆ ਇਹ ਹਫਤੇ ਖੰਡ ਵਿੱਚ। ਹਫਤੇ ਖੰਡ 'ਚ ਮੰਨ ਗਿਆ? ਮੈਂ ਉਹੀ ਚੀਜ਼ ਉਨਸੇ ਪੁੱਛਦਾ ਹਾਂ, ਕੁਝ ਨਹੀਂ ਸਸ ਆਫਿਸੇ ਕੋਲੋ ਇਨ ਆਂਥਰੋਪੋਸ ਪੂਦੇ ਨਹੀਂ ਨੇ ਆਪੋ ਇਲਾਦਾ ਓਹ ਤੋ ਮੋਨੋ ਥੇਮਾ ਪੋ ਇਖਾਨੇ ਤੋ ਮੁਸਲਮਾਨਿਕੋ ਓਕੇ ਅਲਾ ਫੋ ਤੁਸ ਐਕਸੀਗਿਸਾ ਤੇ ਥੇਲੋ ਨਾ ਇਮ ਮਾਜ਼ੀ ਤੂ ਕੇ ਤੋ ਡਿਆਲੋਗ ਹੋ ਮੇ ਤੀ ਜ਼ੋਏ ਮੂ ਨਾ ਗਿਨੇ ਮੁਸਲਮਾਨਾ ਕੇ ਇਤਸੀ ਡਾਕਸੀ ਖਾਮੇ ਨਾ ਥੇਮਾ ਤਾ ਕੇ ਰਤਸ ਪੇ ਆ ਡਿਆਲੈਕਸਿਸ ਕੇ ਐਸੀ ਯਾ ਨਾ ਓਕੇ ਦੇ ਸੂ ਇਪੇ ਅਫਤੋ ਦੇ ਸੂ ਕਾਨਾ ਫੋਸ ਮੇ ਰੋਟਿਸੇ ਕੇ ਮੂ ਲੇ ਸਕੇਪਸ ਤੇ ਅਨ ਦੇ ਥੇਲਿਸ ਮੂ ਲੇ ਦੇਨ ਇਪਾਰਖ ਥੇਮਾ ਸਕੇਪਸ ਤੋ ਕੇ ਪੇਸ ਮੂ ਕੇ ਮੇ ਤੋ ਸਕੇਫਟਿਕਾ ਮਤਾ ਪੋ ਦਿਓ ਤ੍ਰਿਸ ਮੇਸ ਕੇ ਤੋ ਲੋਏ ਮੈਟਿਮ ਪਮ ਓਕੇ ਔਰਿਆ ਕੇ ਮੇਤਾ ਪਾਦਰਫਤਿਕਾ ਤੇ? Ναι, παντρευτήκαμε και μετά κάναμε παιδιά. Πρώτα έγινε μουσουλμάνα, παντρευτήκαμε στην τζαμί και μετά κάναμε παιδιά. Αυτά γιατί αξάρα εσύ και εδώ φέσλα λένε ότι γιατί σάδι κάνει και ζιάδα τα λόγια που πρέφερ κάρτε να σύ απνή κάλτσερ και σάδι κάνει και εκ δουγένου understand κάρνα easy χούντα. ਉਹਦੀ ਜ਼ੁਬਾਨ ਮੁਖਤਲਿਫ ਸੀ, ਉਹਦੀ ਪਰਵਰਿਸ਼ ਇੱਕ ਡਿਫਰੈਂਟ ਕਲਚਰ 'ਚ ਹੋਈ ਹੈ। ਸ਼ਾਦੀ ਵਾਕਈ ਕਾਮਯਾਬ ਜਾ ਰਹੀ ਹੈ ਔਰ ਕੈਸੀ ਸ਼ਾਦੀ ਜਾ ਰਹੀ ਹੈ? ਬਹੁਤ ਅੱਲਾ ਸ਼ੁਕਰ ਹੈ,
ਬੜਾ ਖੁਸ਼ਹਾਲ ਜਾ ਰਹੀ ਸਾਡੀ ਸ਼ਾਦੀ ਬਹੁਤ ਉਹ ਗੁੱਸੇ 'ਚ ਹੋਏ ਨੇ ਮੈਂ ਚੁੱਪ ਕਰ ਗਿਆ ਜਾਂ ਇਹ ਗੁੱਸੇ ਮੈਂ ਗੁੱਸੇ 'ਚ ਹੋਇਆ ਉਹ ਚੁੱਪ ਕਰ ਜਾਂਦੀ ਹੈ ਇੱਕ ਦੂਜੇ ਦਾ ਸੋ ਘਰ ਦੇ ਬਈ ਬੱਚਿਆਂ ਦੀ ਮੈਂ ਹੁਣ ਇਕੱਲੇ ਅਸੀਂ ਸਾਡੀ ਸੋ ਹੁੰਦੀ ਹੈ ਬੱਚੇ ਤੰਗ ਕਰਦੇ ਨੇ ਮੈਂ ਕੰਮ ਧੋਨਾ ਤੰਗ ਕਰਦੇ ਨੇ ਬਾਜ਼ਾਰ ਹੋ ਜਾਂਦੀ ਹੈ ਕਿਸੇ ਟਾਈਮ ਅਤੇ ਫਿਰ ਮੈਂ ਤਾਂ ਘਰ ਸੁਣ ਲੈਂਦਾ ਥੋੜ੍ਹੀ ਗੱਲ ਕੋਈ ਉਹ ਮੈਂ ਗੁੱਸੇ 'ਚ ਹੋਵਾਂ ਜਾਂ ਸੁਣ ਲੈਂਦਾ ਇੱਕ ਦੂਜੇ ਨਾਲ ਦੋਵੇਂ ਸੀ ਇੱਕ ਦੂਜੇ ਨੂੰ ਪਾਕਿਸਤਾਨ ਹੋਵੇ ਤਾਂ ਆਉਂਦੇ ਨੇ ਬੰਦਾ ਥੱਲੇ ਲੱਗਾ ਪਾਕਿਸਤਾਨ ਹੋਵੇ ਤੇ ਬੰਦਾ ਭਾਈ ਜੀ ਪਾਕਿਸਤਾਨ ਜਨਾਨੀਆਂ ਤਲਾਹ ਤਰੂ ਲੈਂਦਾ ਇੱਥੇ ਤਰਾਨ ਵੀ ਨਹੀਂ ਹੁੰਦਾ ਯਾਰ ਤਰਾਨ ਦੀ ਲੋੜ ਕੀ ਇੱਥੇ ਭਾਈ ਤਰਾਨ ਲਈ ਇਹਨੇ ਅਲੀ ਉਸਤਾ ਬਰਾਮਦ ਹੈ ਤੋ ਕਹਾਣੀ ਇਹ ਤੋ ਕਮਾਂ ਤੋ ਜਿਨੇ ਕਾ ਇਹ ਉਹ ਕਹਾਣੀ ਕਮਾਂ ਸੀ ਨਾ ਦੇ ਕਹਾਣੀ ਸੀ ਸੀ ਅਲਾ ਲਿਓ ਤੋ ਨੋ ਮੋ ਬੁਕਾਨੀ ਇਹ ਤੋ ਤੂੰ ਯਾ ਤੋ ਨੋ ਮੋ ਲਿਓ ਆ ਨੋ ਮੋਸ ਕਹਾਣੀ ਕਮਾਂ ਯਾ ਤੋ ਨੋ ਮੋ ਇਹ ਜਿਨੇ ਕਾ ਦੋ ਕਦਾ ਲਵਸ ਅਲਾ ਅਲਾ ਇਮਿਸ ਪੂ ਵਲੇ ਪੂ ਮੇ ਦੋ ਐਸੀ ਕਹਾਣੀ ਸੁਕਮਾਂ ਆਪਣੀ ਜ਼ਿੰਦਗੀ ਜੋ ਇਹਨਾਂ ਨੇ ਮੰਗਿਆ ਨਾ ਮੈਨੂੰ ਚਾਹੀਦਾ ਵੇ ਤੇ ਇੱਕ ਮੌਰਤ ਆਪਣੇ ਵਾਸਤੇ ਲਈ ਹੈ ਆਪਣੇ ਵਾਸਤੇ ਆਪਣੇ ਜ਼ਿੰਦਗੀ ਗੁਜ਼ਾਰਨ ਵਾਸਤੇ ਫਿਰ ਉਹਦੇ ਵਾਸਤੇ ਬੱਚੇ ਨਾਲ ਕਿਤੇ ਨੇ ਉਹਦੀ ਚੀਜ਼ ਉਹਦੀ ਚੀਜ਼ਾਂ ਨਹੀਂ ਮੈਂ ਪੂਰੀਆਂ ਕਰਨੀਆਂ ਫਿਰ ਮੈਂ ਮਰਦ ਕਾਹਦੇ ਵਾਸਤੇ ਨਹੀਂ ਤੇ ਤੁਸੀਂ ਇਹ ਕਿਹਾ ਸੀ ਕਿ ਮੈਂ ਤਾਰੇ ਵੀ ਤੋੜ ਕੇ ਲਿਆਵਾਂ ਨਹੀਂ ਨਹੀਂ ਤਾੜੇ ਦੇ ਤੋੜਨ ਨਾਲ ਕੋਈ ਸੋਹਣੇ ਰੱਬ ਨਾਲ ਕਿਹੜੀ ਤੁਹਾਡੀ ਲੜਾਈ ਹੈ ਪਰ ਜਿਹੜੀ ਹੋਰ ਜੋ ਹੋ ਸਕਿਆ ਮੇਰੇ ਕੋਲ ਜਿਤਨੀ ਮੇਰੀ ਜੇਬ ਜਾ ਦਿੱਤੀ ਮੈਂ ਚੀਜ਼ ਲੱਗਦੀ ਤੁਹਾਡੀ ਉਮਰ ਕੀ ਮੇਰੀ ਉਮਰ ਹੈ 32 ਸਾਲ ਪੁੱਛੋ ਕਰੋ ਨਨ ਸੇ ਕੁਛ ਦੇ ਇਨਕੀ ਉਮਰ ਜੋ ਹੈ ਉਹ 32 ਇਅਰਸ ਆ ਔਰ ਉਹ 22 ਇਅਰਸ ਓਲਡ ਹੈ ਅੱਛਾ ਫਿਆਖ ਨਿਸਤੀ ਪੋਤਾ ਮਾਤ ਸਫਾਗੀਤਾ ਬਸ ਭਾਈ ਭਾਈ ਜੀ ਬੜੀਆ ਵਧੀਆ ਰੋਟੀਆਂ ਪਕਾਉਂਦੀ ਹੈ ਹੋਵੇ 50 ਬੰਦੇ ਆ ਜਾਣ 50 ਬੰਦਿਆਂ ਦਾ ਲੰਗਰ ਪਕਾ ਦੇਗੀ ਸਵਾਲ ਮੈਨੇ ਉਨਸੇ ਪੁੱਛਿਆ ਲੇਕਿਨ ਉਹਨੇ ਪਤਾ ਚੱਲ ਗਿਆ ਇਹ ਮੇਰੇ ਮਤਲਬ ਦਾ ਕੁਐਸਚਨ ਹੈ ਅੱਛਾ ਰੋਟੀਆਂ ਠੀਕ ਬਣਾ ਲੈਂਦੇ ਰੋਟੀਆਂ ਵੀ ਬਣਾ ਲੈਂਦੀ ਆਂਡੀ ਰੋਟੀ ਵੀ ਬਿਰਿਆਨੀ ਵੀ ਸਾਰਾ ਕੁਝ ਜੋ ਘਰ ਦੇ ਵਿੱਚ ਆਂਡੀ ਰੋਟੀ ਪਕਦੀ ਸਾਰਾ ਕੁਝ ਬਣਾ ਲੈਂਦੇ ਚਲੋ ਮੈਨੂੰ ਉਹਨਾਂ ਨੂੰ ਪੁੱਛ ਲੈਂਦੇ ਹੋ ਦਿਨੂ ਸੇ ਪੇਜ ਮੁੱਤੀ ਫਿਆਖਨਿਸ ਫਾਗੀਤਾ ਫਿਆਖਨੋ ਅਰਕਾਮ ਕੀ ਮਾ ਪੁੰਦ ਪਾਕਿਸਤਾਨ ਮੈਂ ਪਾਕਿਸਤਾਨੀ ਕਾ ਪੇਜ ਮੈਂ ਪੰਜਾਬੀ ਪੇਜ ਹੈ ਉਰਦੂ ਪੇਜ ਹਨ ਬੋਰਿਸ ਜਿਤਨੇ ਵੀ ਖਾਣੇ ਆਪ ਦੇਖ ਰਹੇ ਨਾ ਟੇਬਲ ਪੇ ਬਿਰਿਆਨੀ ਔਰ ਜਿਤਨਾ ਕੁਝ ਸਾਰਾ ਕੁਝ ਉਹਨਾਂ ਨੇ ਬਣਾਇਆ ਔਰ ਇਤਨਾ ਮਜ਼ੇਦਾਰ ਹੈ ਯਕੀਨਨ ਅੱਛਾ ਇਹ ਯਾਰ ਅਪੂਏ ਮਾਥਿਸ ਨਵੀਦ ਸੇ ਉਹਨਾਂ ਨੇ ਸਿੱਖਿਆ ਕੀ ਖੂਬੀ ਜਾਂ ਖਾਮੀ ਹੈ ਜਿਹੜੀ ਤੁਸੀਂ ਲੱਗਦੇ ਹੋ ਕਿ ਯਾਰ ਆਹ ਚੀਜ਼ ਜਿਹੜੀ ਅਗਰ ਹੋਰ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਖੂਬੀ ਖੂਬੀਆਂ ਨੇ ਅੱਲਾ ਪਾਕ ਨੇ ਐਡੀ ਸੋਹਣੀ ਜਾਨੀ ਦਿੱਤੀ ਹੈ ਤਾਂ ਆਪਣਾ ਕੋਈ ਦੱਸਦਾ ਪਏ ਇਹ ਤੋਂ ਵੱਡੀ ਖੂਬੀ ਕਿਹੜੀ ਹੈ ਅੱਛਾ ਇਹੀ ਖੂਬੀ ਹੈ ਖਾਮੀ ਵੀ ਕੋਈ ਬਤਾ ਦੇ ਖਾਮੀਆਂ ਕੋਈ ਨਹੀਂ ਆਵੀ ਖੂਬੀਆਂ ਹੀ ਨੇ ਸਾਰੀਆਂ ਖਾਮੀ ਤਾਂ ਕੋਈ ਵੇਖੀ ਨਹੀਂ ਮੈਂ 4 ਸਾਲ ਦੇ ਵਿੱਚ ਪੱਕੀ ਗੱਲ ਜੀ ਹਾਂ ਸਾਰੇ ਵੈਸੇ ਇਹੀ ਕਹਿੰਦੇ ਨਹੀਂ ਜੀ ਮੈਂ ਨਹੀਂ ਵੇਖੀ ਮੈਂ ਹੋਰ ਵੀ ਇਨਸਾਨ ਵੇਖਣੇ ਹੋਰ ਵੀ ਔਰਤਾਂ ਇੱਥੇ ਜਨਾਜ਼ ਦੇ ਦੇਖੀਆਂ ਨੇ ਲਿਆਦਾ ਅੱਲਾ ਦਾ ਸ਼ੁਕਰ ਹੈ ਬਹੁਤ ਅੱਛਾ ਸਾਡਾ ਬਹੁਤ ਅੱਛਾ ਬਹੁਤ ਗੁਜ਼ਰ ਹੈ ਮੈਂ ਸੇਮ ਕੁਐਸਚਨ ਜੀ ਉਹਨਾਂ ਤੋਂ ਪੁੱਛਣਾ ਉਹ ਨਵੀਦ ਸਨ ਆਂਥਰੋਪੋਸ ਪੋਸੀ ਨੇ ਸਨ ਆਦਰਾ ਪੋਸੀ ਨੇ ਸਨ ਆਂਦਰਾਸ ਮੇ ਲੀਗਾ ਲੋਗਿਆ ਇਨੇ ਆਂਦਰਾਸ ਦੇਨ ਦਿਲੇ ਦੇ ਲੀਪੀ ਕਾਤੀ ਪਾਨੋ ਤੋ ਗੇਨਿਕਾ ਸੇ ਓਤ ਕਿਆ ਮੂ ਕਾਨੀ ਸੇ ਦੇ ਮੂ ਲੀਪੀ ਕਾਤੀ ਤਾ ਇਹੀ ਓਲਾ ਤਾ ਇਹਨ ਓਲਾ ਤਾ ਪੇਦਿਆ ਤੋ ਦੇ ਲੀਪੀ ਟੀਪੋ ਤੋ ਓਰਿਆ ਅਫਤਾ ਇਨੇ ਕਾਨੋ ਮੋਨੋ ਪੋ ਇਪਾਰਖੁਨ ਇਪਾਰਖੁਨ ਆਂਥਰੋਪ ਪੋ ਮਸ ਵਾਜ਼ਨੇ ਸੇ ਚਾਕੂਮੋ ਸਾਰਾ ਦੇ ਬੋਰੋਨੋ ਕੇ ਪਾਲੀ ਓਕੇ ਐਕਸਰੀ ਪੋਲੀ ਓਰਿਆ ਤੇਲਕਾ ਇਸੇ ਇਫਖਾਰਿਸਤੀਮੇਨੀ ਕਾਤੋ ਚਕਾਤੋ ਇੰਸਟਾਗ੍ਰਾਮ ਇਹ ਟਿਕਟੋਕ ਮੇ ਵੀ ਬਹੁਤ ਫੇਮਸ ਹੈ ਕਿਆ ਆਈਡੀ ਹੈ ਆਪਕੀ ਟਿਕਟੋਕ ਕੀ ਵੋ ਬਤਾਨਾ ਚਾਹੇ ਤੋ ਬਤਾ ਦੇ ਮੇਰੀ ਟਿਕਟੋਕ ਕੀ ਆਈਡੀ ਜੋ ਸੀ ਆ ਉਹਦਾ ਨਾਮ ਹੈ ਨਵੀਦ ਯੋਨਿਸੀਆ ਬਾਚ ਅਹਿਮ ਕੁਐਸਚਨ ਸਭ ਤੋਂ ਬਹੁਤ ਸਾਰੇ ਲੋਕ ਨੇ ਇੱਥੇ ਸ਼ਾਦੀਆਂ ਕਰਦੇ ਨੇ ਰਹਿੰਦੇ ਨੇ ਔਰ ਅੱਛੇ ਲੋਕ ਵੀ ਨੇ ਬੁਰੇ ਵੀ ਨੇ ਕੁਝ ਐਸੇ ਲੋਕ ਵੀ ਨੇ ਜਿਹੜੇ ਆਪਣਾ ਟਾਈਮ ਪਾਸ ਕਰਕੇ ਆਪਣਾ ਮਤਲਬ ਕੱਢ ਕੇ ਸਾਈਡ ਤੋਂ ਹੋ ਜਾਂਦੇ ਨੇ ਜਿਹਦੀ ਵਜ੍ਹਾ ਤੋਂ ਕਮਿਊਨਿਟੀ ਵਾਸਤੇ ਵੀ ਉਹ ਬਦਨਾਮੀ ਦਾ ਬਾਸ ਬਣਦੇ ਨੇ ਮੁਲਕ ਵਾਸਤੇ ਵੀ ਯਾਰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਦੇਣਾ ਚਾਹੁੰਦਾ ਜਿਹੜੇ ਜਿਹੜੇ ਮੇਰੇ ਪਾਕਿਸਤਾਨੀ ਭਰਾ ਨੇ ਜਿਨ੍ਹਾਂ ਜਿਨ੍ਹਾਂ ਨੇ ਕਿਸੇ ਦੀਆਂ ਧੀਆਂ ਭੈਣਾਂ ਰੱਖੀਆਂ ਨੇ ਸਹੀ ਹੈ ਉਹਨਾਂ ਨਾਲ ਅੱਛਾ ਗੁਜ਼ਾਰਨ ਵਕਤ ਉਹਨਾਂ ਨੂੰ ਉਹਨਾਂ ਨਾਲ ਗਲਤ ਕੰਮ ਨਾ ਕਰਨ ਉਹਨਾਂ ਨੂੰ ਕਾਗਜ਼ਾਂ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ ਉਹਨਾਂ ਨੂੰ ਐਸ ਇਸਤੇਮਾਲ ਨਾ ਕਰਨ ਸਹੀ ਹੈ ਚੀਟ ਨਾ ਕਰਨਾ ਹੈ ਵੀ ਅਤੇ ਭਰਾਵਾਂ ਗਿਆ ਹੀ ਵਾਵੇ ਸਹੀ ਹੈ ਆਪਣਾ ਬਾਲ ਬੱਚੇਦਾਰ ਨੇ ਜਿਹੜੇ ਵੀ ਨੇ ਨਾ ਕਿਸੇ ਨਾਲ ਬਾਹਰ ਗਲਤੀਆਂ ਕਰੋ ਅਤੇ ਨਾ ਕਰਾਓ ਹੈ ਵੀ ਐਸੇ ਵਾ ਤੁਸੀਂ ਅੱਜ ਆਪ ਉੱਠ ਕੇ ਕਿਸੇ ਹੋਰ ਦੇ ਲੜਕੀ ਨਾਲ ਜਾ ਕਰੋਗੇ ਤੁਹਾਡੀ ਔਰਤ ਆਪਣੇ ਆਪ ਇੱਥੇ ਖਰਾਬ ਹੋਵੇਗੀ ਜੈਸਾ ਕਰੋਗੇ ਵੈਸਾ ਪਰੋ ਸ਼ੁਕਰੀਆ ਹੋ ਰਿਹਾ ਖਰਚ ਮੈਂ ਪਾਰਾ ਪਾਰਾ ਬੋਲੀ ਉਹਨਾਂ ਨੇ ਕਿਹਾ ਜੀ
मैं बहुत खुश हूँ इनके साथ, मुझे 4.5 साल हो गए हैं और मुझे इस चीज़ से कोई सरोकार नहीं है। हर इंसान का अपना वे ऑफ थिंकिंग है कि वो सोचता है कि यार ये गैर मुल्की है। मुझे इनके साथ 4.5 साल हो गए हैं, एक डिफरेंट एक्सपीरियंस है लेकिन बहुत अच्छा एक्सपीरियंस है। और इसका पर्पज़ भी ये था इंटरव्यू का कि हम ये चीज़ बताने की कोशिश करें जो कि रियलिटी पे मबनी है कि एक इंसान दूसरे के साथ सर्वाइव कर रहा है और उसका एक्सपीरियंस कैसा है। यकीनन आप लोगों के नॉलेज में इजाफा होगा। इसके साथ हमें इजाज़त दें। पाकिस्तान पाइंदाबाद। अच्छा सर, कुछ